ਉਹਨਾਂ ਨੂੰ ਕਹਿੰਦੇ ਸੀਗੇ ਵੀ ਅਸੀਂ ਤੁਹਾਨੂੰ ਇੰਨਾ ਪੈਸਾ ਦੇਾਂਗੇ ਪੈਸੇ ਦੀ ਗੱਲ ਤਾਂ ਕਿ ਕਿਸੇ ਦੀ ਜ਼ਮਾਨਤ ਵੀ ਨਹੀਂ ਕਰਾਈ। ਯਸੇ ਨੂੰ 2 ਦਰਜਣ ਕੇਲੇ ਤੇ 2 ਕਿਲੋ ਗੰਢੇ ਲੈ ਕੇ ਨਹੀਂ ਪੰਨੂ ਉੱਥੇ ਗਿਆ। ਉਹ ਆਵ ਲਾਵੇ ਨਾ ਕਿਸੇ ਨੂੰ ਕੋ ਕਹਿੰਦਾ। ਉਹ ਆਵ ਲਾ ਕੇ ਦੇਖੇ ਨਾਲੇ ਵੀ ਕੀ ਬਣਦਾ ਜੇ ਵੰਧਾ ਕੁ ਮਸਲੇ ਆ ਜੇਹਲਾ ਕਟੀਆਂ ਵੀ ਆ ਪੰਜਾਬ ਦੀ ਕਿਹੜੀ ਜੇਹਲਾ ਜਿਹੜੀ ਅਸੀਂ ਨਹੀਂ ਦੇਖੀ ਤੇ ਬਾਕੀ ਜਿਹੜੇ ਕੋਈ ਸਾਡੇ ਸਿੱਖ ਨੌਜਵਾਨ ਉਹਨਾਂ ਦੀਆਂ ਮੁਲਾਕਾਤਾਂ ਵੀ ਅਸੀਂ ਕੀਤੀਆਂ ਨੇ ਜਿੰਨਾ ਹੋ ਸਕਿਆ ਸਾਡੇ ਤੋਂ ਮਦਦ ਅਸੀਂ ਕਾਨੂੰਨੀ ਪੱਖ ਤੋਂ ਜਾਂ ਵੈਸੇ ਫਾਈਨੈਂਸ਼ੀਅਲੀ ਪੱਖ ਤੋਂ ਜਾਂ ਜੋ ਵੀ ਅਸੀਂ ਮਦਦ ਕਰ ਸਕਦੇ ਆ ਜਿੰਨਾ ਕੋ ਸਕਦਾ ਅਸੀਂ ਕਰਦੇ ਆ ਜਿਹੜਾ ਪਹਿਲਾਂ ਕਹਿੰਦਾ ਸੀ ਮੈਂ ਮਿਲਣਾ ਹੀ ਨਹੀਂ ਆ ਉਹਨੇ ਮਿਲ ਕੇ ਸਾਰੀ ਗੱਲ ਜਿਹੜੀ ਆ ਉਹ ਦੱਸੀ ਉਹਨੂੰ ਗਲਤੀ ਦਾ ਅਹਿਸਾਸ ਹੋਇਆ ਕਿ ਜੇ ਕੋਈ ਸਿੱਖ ਸੰਸਥਾ ਦਾ ਆਗੂ ਆਉਂਦਾ ਉਹ ਸਿੱਖ ਸੇਵਾਦਾਰ ਇੱਥੇ ਕੁਝ ਜਾਣਕਾਰੀ ਲੈਣਦੇ ਉਹਨੂੰ ਦੇਣਾ ਫਰਜ਼ ਬਣਦਾ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਵੀ ਇਹ ਹਟਲਰ ਸਾਈ ਦੇ ਰੰਗ ਜੇ ਵੀ ਇੱਥੇ ਪੰਜਾਬ 'ਚ ਨਹੀਂ ਚੱਲਣੀ ਆ ਖਾਲਸਤਾਨ ਦੇ ਝੰਡੇ ਲਹਿਰਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਬਾਰੇ ਤੁਹਾਡਾ ਕੀ ਨਜ਼ਰੀਆ ਹੈ ਕੀ ਕਹਿਣਾ ਚਾਹੋਗੇ ਨਗਰ ਕੀਰਤਨ ਕੱਢਦੇ ਮਾਰਚ ਕੱਢਦੇ ਆ ਤੇ ਸਾਡੇ ਕੇਸਰੀ ਝੰਡੇ ਝੂਲਦੇ ਆ ਚਲਾਉਣੇ ਆ ਅਸੀਂ ਪਹਿਲਾਂ ਹੀ ਚਲਾਉਣੇ ਆ ਜਿੱਥੇ ਦੇਸ਼ ਦੀ ਗੱਲ ਆ ਭਾਰ ਦੇਸ਼ ਦਾ ਤਿਰੰਗਾ ਜਿਹੜਾ ਉਹ ਝੰਡਾ ਝੂਲਦਾ ਵਾ ਝੁਲਿਆ ਜਾਣਾ ਹੁਣ ਵੀ ਚੁਲਾਇਆ ਜਾਣਾ 75ਵਾਂ ਬਰਾ ਵਾ ਭਾਰਤ ਦੀ ਆਜ਼ਾਦੀ ਦਾ ਤੁਸੀਂ ਤਾਂ ਮੌਜਾਂ ਲਓ ਫਾਈਵ ਸਟਾਰ ਹੋਟਲਾਂ ਦੇ ਵਿੱਚ ਰਹਿ ਕੇ ਜਾਂ ਅਮਰੀਕਾ ਵਰਗੇ ਦੇਸ਼ ਦੇ ਅੰਦਰ ਤੇ ਸਾਡੇ ਨੌਜਵਾਨ ਇੱਥੇ ਜੇਲਾਂ 'ਚ ਸੜਨ ਟੌਪਿਕ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਗੁਰਮੀਤ ਸਿੰਘ ਸਵਾਗਤ ਕਰਦਾ ਹਾਂ ਅੱਜ ਦੇ ਇਸ ਖਾਸ ਪ੍ਰੋਗਰਾਮ ਪ੍ਰੋਗਰਾਮ ਗੱਲ ਮਤਲਬ ਦੀ ਦੇ ਵਿੱਚ ਸਮੁੱਚੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਮੁੱਦੇ ਨੂੰ ਲੈ ਕੇ ਇੱਕ ਖਾਸ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਸਭ ਤੋਂ ਪਹਿਲਾਂ ਦਾਦੂਵਾਲ ਸਾਹਿਬ ਜੀ ਦਾ ਟੌਪਿਕ ਟੀਵੀ ਚੈਨਲ ਦੇ ਉੱਤੇ ਸਵਾਗਤ ਕਰਾਂਗੇ ਜੀ ਦਾਦੂਵਾਲ ਜੀ ਸਾਡੇ ਚੈਨਲ ਦੇ ਉੱਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਗੁਰਮੀਤ ਸਿੰਘ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਸਵਾਲ ਹੈ ਸਾਡਾ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਚਾਹਾਂਗੇ ਬੀਤੇ ਦਿਨੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੁੰਦੀ ਹੈ ਕਿ ਇੱਕ ਸਿੱਖ ਨੌਜਵਾਨ ਦੇ ਬਠਿੰਡਾ ਜੇਲ੍ਹ ਦੇ ਵਿੱਚ ਕੇਸ ਕਤਲ ਕੀਤੇ ਜਾਂਦੇ ਆ ਉਸ ਘਟਨਾ ਦੇ ਉੱਤੇ ਐਕਸ਼ਨ ਲੈਂਦੇ ਹੋਏ ਤੁਸੀਂ ਬਠਿੰਡਾ ਜੇਲ੍ਹ ਪਹੁੰਚੇ ਉੱਥੇ ਤੁਹਾਨੂੰ ਮਿਲਣ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਤੁਸੀਂ ਇੱਕ ਰੋਸ਼ ਮਜਾਰੇ ਦਾ ਜਿਹੜਾ ਉਹ ਐਲਾਨ ਕੀਤਾ ਉੱਥੇ ਜੇਲ੍ਹ ਦੇ ਸਾਹਮਣੇ ਖੜਕੇ ਤੁਸੀਂ ਵੀਡੀਓ ਪਾਈ ਜਿਹੜੀ ਵੀ ਮਜਾਰਾ ਕੀਤਾ ਜਾਏਗਾ ਜੇਲ੍ਹ ਸੁਪਰਡੈਂਟ ਦੇ ਖਿਲਾਫ ਕਿਉਂਕਿ ਉਹਨਾਂ ਨੇ ਉਸ ਨੌਜਵਾਨ ਨੂੰ ਤੁਹਾਨੂੰ ਮਿਲਣ ਨਹੀਂ ਦਿੱਤਾ ਉਸ ਤੋਂ ਬਾਅਦ ਉਹ ਜਿਹੜਾ ਮੁਜ਼ਾਹਰਾ ਸੀ ਉਹ ਰੱਦ ਕਰ ਦਿੱਤਾ ਗਿਆ ਤੁਹਾਡੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਵੀ ਹੋਈ ਉਹ ਮਾਮਲਾ ਪੂਰਾ ਕੀ ਸੀ ਤੇ ਬਾਅਦ ਦੇ ਵਿੱਚ ਉਹ ਧਰਨਾ ਜਿਹੜਾ ਹੈ ਉਹ ਕਿਸ ਲਈ ਰੱਦ ਕਰ ਦਿੱਤਾ ਗਿਆ ਦੇਖੋ ਗੁਰਮੀਤ ਸਿੰਘ ਜੀ ਬਠਿੰਡਾ ਜੇਲ੍ਹ ਦੇ ਅੰਦਰ ਇੱਕ ਸਿੱਖ ਨੌਜਵਾਨ ਦੇ ਕਤਲ ਕਰਨ ਦਾ ਮਾਮਲਾ ਅਖਬਾਰਾਂ 'ਚ ਛਪਿਆ ਟੀਵੀ ਚੈਨਲਾਂ ਤੇ ਆਇਆ ਉਹ ਨੌਜਵਾਨ ਦੀ ਸ਼ਾਇਦ ਪੀਸੀਸੀ ਉਹ ਅਦਾਲਤ 'ਚ ਜਦੋਂ ਪੇਸ਼ੀ ਭੁਗਤਣ ਵਾਸਤੇ ਆਇਆ ਤਾਂ ਉਸ ਦੀ ਪੇਸ਼ੀ ਦੇ ਉੱਤੇ ਉਹਨੇ ਮੀਡੀਆ ਨੂੰ ਦੱਸਿਆ ਉਹਨੇ ਆਪਣੇ ਕੇਸ ਵੀ ਦਿਖਾਏ ਗਿਆ ਮੇਰੇ ਕੇਸ ਜਿਹੜੇ ਆ ਉਹ ਜੇਲ੍ਹ ਪ੍ਰਸ਼ਾਸਨ ਵੱਲੋਂ ਕੱਟ ਦਿੱਤੇ ਗਏ ਆ ਤਾਂ ਮੈਂ ਵੀ ਉਹ ਵੀਡੀਓ ਦੇਖੀ ਅਖਬਾਰਾਂ 'ਚ ਵੀ ਪੜ੍ਹਿਆ ਟੀਵੀ ਚੈਨਲਾਂ 'ਤੇ ਵੀ ਮੈਂ ਦੇਖਿਆ ਤਾਂ ਜਿਸ ਵੇਲੇ ਉਹ ਅ ਮਸਲਾ ਦੇਖਿਆ ਤਾਂ ਮੈਂ ਉਸੇ ਵੇਲੇ ਇਸ ਦੀ ਜਾਣਕਾਰੀ ਲੈਣ ਵਾਸਤੇ ਜਿਹੜਾ ਸਚਾਈ ਜਾਣਨ ਵਾਸਤੇ ਬਠਿੰਡਾ ਜੇਲ੍ਹ ਜਿਹੜੀ ਬਾਰ-ਬਾਰ ਬਣੀ ਆ ਹੁਣ ਗੋਬਿੰਦਪੁਰਾ ਦੇ ਕੋਲ ਪਹਿਲਾਂ ਸ਼ਹਿਰ ਦੇ ਵਿੱਚ ਸੀ ਜੇਲ ਬਠੰਡੇ ਹੁਣ ਬਾਰ-ਬਾਰ ਖੇਤਾਂ 'ਚ ਬਣਾ ਦਿੱਤੀ ਹੈ ਤਾਂ ਉੱਥੇ ਮੈਂ ਪਹੁੰਚਿਆ ਉੱਥੇ ਜਾ ਕੇ ਜਦੋਂ ਮੈਂ ਜੇਲ ਦੀ ਡਿਊਟੀ ਗੇਟ ਦੇ ਬਾਹਰ-ਬਾਰ ਉੱਥੇ ਮੈਂ ਰੁਕਿਆ ਤਾਂ ਜਿਹੜੇ ਉੱਥੇ ਪਹਿਰੇਦਾਰ ਸੀ ਗਾਰਡ ਉਹਨਾਂ ਨੂੰ ਕਿਹਾ ਕਿ ਮੈਂ ਇਸ ਤਰ੍ਹਾਂ ਇਸ ਕੇਸ ਦੀ ਸਚਾਈ ਜਾਣਨੀ ਚਾਹੁੰਦਾ ਤੇ ਅੰਦਰ ਮੈਂ ਮਿਲਣਾ ਚਾਹੁੰਨਾ ਤਾਂ ਗੋ ਜੇਲ ਸੁਪਰਡੈਂਡ ਜਿਹੜਾ ਐਨ.ਡੀ. ਨੇਗੀ ਉੱਥੇ ਉਹ ਬੀਐਸਐਫ ਦੇ ਵਿੱਚੋਂ ਜਿਹੜਾ ਡੈਪੂਟੇਸ਼ਨ ਤੇ ਆਇਆ ਹੋਇਆ ਸਾਇਦ ਡੀਆਈਜੀ ਰੈਂਕ ਦਾ ਤੇ ਸੀਆਰਪੀ ਕਾਫੀ ਹੁਣ ਬਠਿੰਡਾ ਜੇਲ੍ਹ 'ਚ ਲੱਗੀ ਹੋਈ ਉਹਨਾਂ ਨੇ ਕਿਹਾ ਜੀ ਇਹ ਜੀਆਂ ਤਿੰਨ ਚਾਰ ਸਿਕਿਉਰਿਟੀ ਜੇਲ੍ਹਾਂ ਨੇ ਇਹਨਾਂ 'ਚ ਮਿਲਣ ਦੀ ਮਨਾਈ ਆ ਅਸੀਂ ਕਿਸੇ ਨੂੰ ਇਜਾਜ਼ਤ ਨਹੀਂ ਦਿੰਦੇ ਮਿਲਣ ਦੀ ਤਾਂ ਮੈਂ ਕਿਹਾ ਦੇਖੋ ਮੈਂ ਇੱਕ ਸਿੱਖ ਸੰਸਥਾ ਦਾ ਮੁਖ ਸੇਵਾਦਾਰ ਹਾਂ ਹਰਿਆਣਾ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਇੱਕ ਸਿੱਖ ਸੰਸਥਾ ਵਾ ਔਰ ਹਰਿਆਣਾ ਸਰਕਾਰ ਵੱਲੋਂ ਬਕਾਇਦਾ ਵਿਧਾਨ ਸਭਾ 'ਚ ਬਿੱਲ ਪਾਸ ਕਰਕੇ ਬਣਾਈ ਆ ਤਾਂ ਮੈਂ ਇੱਕ ਸਿੱਖ ਸੰਸਥਾ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਜਦੋਂ ਕਿਤੇ ਕਿਤੇ ਸਿੱਖ ਨਾਲ ਕੋਈ ਦੁਰਵਿਵਹਾਰ ਹੁੰਦਾ ਧੱਕੇਸ਼ਾਹੀ ਹੁੰਦੀ ਤਾਂ ਮੇਰਾ ਫਰਜ਼ ਬਣਦਾ ਜਿੱਥੇ ਮੈਂ ਪਹੁੰਚ ਸਕਦਾ ਮੈਂ ਪਹੁੰਚਦਾ ਵਾਂ ਤਾਂ ਮੈਂ ਉਹਦੀ ਸਚਾਈ ਜਾਣਨੀ ਚਾਹਨਾ ਵਾਂ ਉਹਨਾਂ ਨੇ ਕਿ ਡੀਐਸਪੀ ਭੇਜਿਆ ਉਹ ਕਹਿੰਦੇ ਵੀ ਨਹੀਂ ਸਪੋਰਟੈਂਟ ਸਾਹਿਬ ਨੇ ਕਿਹਾ ਕਿ ਅਸੀਂ ਮਿਲ ਨਹੀਂ ਸਕ। ਮੈਂ ਕਿਹਾ ਚਲੋ ਜੇ ਲੜਕਾ ਨਹੀਂ ਮਿਲ ਸਕਦਾ ਕਹਿੰਦੇ ਉਹਦਾ ਸਿਰਫ ਬਲੱਡ ਰਿਲੇਸ਼ਨ ਵਾਲਾ ਉਹਨੂੰ ਮਿਲ ਸਕਦਾ। ਤਾਂ ਮੈਂ ਕਿਹਾ ਜੇ ਉਹ ਬਲੱਡ ਰਿਲੇਸ਼ਨ ਵਾਲਾ ਜੀ ਉਹਨੂੰ ਮਿਲ ਸਕਦਾ ਤੇ ਤੁਸੀਂ ਮਿਲ ਕੇ ਸਾਰਾ ਮੈਨੂੰ ਬਰੀਫ ਕਰੋ ਵੀ ਕੀ ਗੱਲਬਾਤ ਆ ਤਾਂ ਜਿਹੜਾ ਜੇਲ ਸੁਪਰਡੈਂਟ ਸੀ ਉਹਨੇ ਵੀ ਮਿਲਣ ਤੋਂ ਮਨਾ ਕਰਤਾ ਤਾਂ ਜਿਸ ਵੇਲੇ ਉਹਨੇ ਮਨਾ ਕਰਤਾ ਫਿਰ ਮੈਂ ਡੀਸੀ ਬਠਿੰਡਾ ਐਸਐਸਪੀ ਬਠਿੰਡਾ ਨਾਲ ਫੋਨ ਤੇ ਸੰਪਰਕ ਕੀਤਾ ਉਹਨਾਂ ਨੂੰ ਕਿਹਾ ਵੀ ਮੈਂ ਇਸ ਤਰ੍ਹਾਂ ਮਿਲਣ ਵਾਸਤੇ ਆ ਉਹਨਾਂ ਨੇ ਵੀ ਫੋਨ ਅੰਦਰ ਕੀਤਾ ਪਰ ਉਹਨਾਂ ਦਾ ਵੀ ਬਾਅਦ ਚ ਜਵਾਬ ਆ ਗਿਆ ਕਿ ਉਹ ਕਹਿੰਦੇ ਸਾਨੂੰ ਉਪਰ ਆਰਡਰ ਆ ਸੀ ਮਿਲ ਨਹੀਂ ਦੇ ਸਕਦੇ ਫਿਰ ਮੈਂ ਗੱਡੀ ਚੋਂ ਬਾਹਰ ਨਿਕਲ ਕੇ ਤੇ ਮੈਂ মিডিਆ ਨੂੰ ਸੰਬੋਧਨ ਹੁੰਦਿਆਂ ਮੈਂ ਆਪਣੇ ਜਿਹੜਾ ਸੀ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸੰਗਤਾਂ ਨੂੰ ਜਿਹੜਾ ਸੀ ਸਾਰੀ ਜਾਣਕਾਰੀ ਦਿੱਤੀ ਤੇ ਨਾਲ ਹੀ ਮੈਂ ਐਲਾਨ ਕੀਤਾ ਕਿਉਣ ਵਾਲੇ ਦਿਨਾਂ 'ਚ ਜੇਲ੍ਹ ਸੁਪਰਡੈਂਟ ਦੀ ਹਿਟਲਰ ਸਾਹੀ ਤੇ ਰੰਗਦੇਬੀ ਸੋਚਦਾ ਖਿਲਾਫ ਇੱਥੇ ਰੋਸ ਮਜਾਰਾ ਕੀਤਾ ਜਾਊਗਾ ਕਿ ਜੇ ਭਗਵੰਤ ਮਾਨ ਸਰਕਾਰ ਜਿਹੜੇ ਕਹਿੰਦੇ ਅਸੀਂ ਬੜਾ ਬਦਲਾਅ ਦੇਾਂਗੇ ਪਰ ਉਹਨਾਂ ਦੇ ਸਮੇਂ ਬਦਲਾਅ ਤਾਂ ਕੀ ਦੇਣਾ ਸੀ ਉਲਟਾ ਸਾਡੇ ਨੌਜਵਾਨਾਂ ਦੇ ਕਤਲ ਕੇਸ ਹੋਣਗੇ ਕਤਲ ਉਹ ਵੀ ਪੰਜਾਬ ਦੀਆਂ ਜੇਲਾਂਾਂ ਦੀ ਤੇ ਬੜੀ ਮੰਦਭਾਗੀ ਗੱਲ ਆ ਤਾਂ ਮੈਂ ਉਹਦਾ ਜਿਹੜਾ ਸੀਗਾ ਐਲਾਨ ਕਰ ਦਿੱਤਾ ਡੇਟ ਮੈਂ ਉਹਦਾਂ ਅਨਾਉਂਸ ਨਹੀਂ ਸੀ ਕੀਤੀ ਪਰ ਜਿਸ ਵੇਲੇ ਮੈਂ ਆਇਆ ਉਹਨਾਂ ਨੇ ਸੋਚਿਆ ਵੀ ਸ਼ਾਇਦ ਕੋਈ ਨਹੀਂ ਆਈ ਗਈ ਹੋਗੀ ਗੱਲ ਮੈਂ ਫਿਰ ਡੇਟ ਅਨਾਉਂਸ ਕਰ ਦਿੱਤੀ ਮੈਂ ਜਦੋਂ ਡੇਟ ਅਨਾਉਂਸ ਕੀਤੀ 20 ਤਰੀਕ ਦੇ ਨੇੜੇ ਤਾਂ ਫਿਰ 1 ਅਗਸਤ ਨੂੰ ਹੋਏਗਾ ਇਹ ਰੋਸ ਮਜਾਰਾ ਸੰਗਤਾਂ ਦੇ ਫੋਨ ਆਉਣ ਲੱਗੇ ਚਾਰ ਸਫੇਰ ਜਥੇਬੰਦੀਆਂ ਨਾਲ ਸਲਾਹ ਮਸ਼ਵਰਾ ਫਿਰ ਸਾਰਿਆਂ ਨੇ ਕਿਹਾ ਕਿ ਅਸੀਂ ਪੂਰਾ ਸਮਰਥਨ ਕਰਾਂਗੇ ਉੱਥੇ ਸੰਗਤਾਂ ਨੇ ਵੀ ਹਰਿਆਣਾ ਪੰਜਾਬ ਦੇ ਵਿੱਚੋਂ ਸਾਰੇ ਪਾਸਿਓਂ ਤਾਂ ਫਿਰ ਪੁਲਿਸ ਪ੍ਰਸ਼ਾਸਨ ਨੇ ਬਠਿੰਡਾ ਪ੍ਰਸ਼ਾਸਨ ਨੇ ਮੇਰੇ ਨਾਲ ਸੰਪਰਕ ਕੀਤਾ ਮੈਂ ਉਦੋਂ ਦੁਬਈ ਗਿਆ ਹੋਇਆ ਸੀ 5 ਕ ਦਿਨ ਵਾਸਤੇ ਤਾਂ ਮੈਂ ਦੁਬਈ ਤੋਂ ਜਦੋਂ ਵਾਪਸ ਆਇਆ 29 ਤਰੀਕ ਨੂੰ ਮੈਂ ਵਾਪਸ ਆ 28 ਨੂੰ ਵਾਪਸ ਆਇਆ 29 ਨੂੰ ਰਾਸ਼ਟਰਪਤੀ ਸਾਹਿਬ ਦਾ ਪ੍ਰੋਗਰਾਮ ਸੀ ਉੱਥੇ ਮੈਂ ਇਨਵਾਈਟ ਸੀ ਵਿਗਿਆਨ ਭਵਨ ਦਿੱਲੀ ਤਾਂ ਉੱਥੇ ਮੈਂ ਗਿਆ ਉਸ ਤੋਂ ਬਾਅਦ ਜਦੋਂ ਮੈਂ ਵਾਪਸ ਆਇਆ ਤਾਂ ਫਿਰ 31 ਤਰੀਕ ਨੂੰ ਜਿਹੜਾ ਸੀ ਮੈਂ ਸਮਾਂ ਦਿੱਤਾ ਪੁਲਿਸ ਪਰਸ ਆ ਬਠਿੰਡਾ ਪ੍ਰਸ਼ਾਸਨ ਸਿਵਲ ਤੇ ਪੁਲਿਸ ਪ੍ਰਸ਼ਾਸਨ ਫਿਰ ਮੈਂ ਬਠਿੰਡੇ ਗਿਆ ਉਹ ਕਹਿੰਦੇ ਸੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਜਦੋਂ ਉੱਥੇ ਗਿਆ ਮੈਂ ਤੇ ਉੱਥੇ ਡੀਸੀ ਬਠਿੰਡਾ ਅ ਸ਼੍ਰੀ ਸ਼ੌਕਤ احمد ਪਰੇ ਜਿਹੜੇ ਬਠਿੰਡਾ ਦੇ ਔਰ ਜਿਹੜੇ ਇਲਨ ਚੇਂਜੀਆਂ ਨਾ ਜਿਹੜੇ ਹੈਗੇ ਆਪਣਾ ਐਸਐਸਪੀ ਬਠਿੰਡਾ ਉਹ ਬੈਠੇ ਸੀ ਐਂਡੀ ਨੇਗੀ ਬੈਠੇ ਸੀ ਮੇਰੇ ਨਾਲ ਸਰਦਾਰ ਚੰਦਰਪਾਲ ਸਿੰਘ ਬਰਾੜ ਜਿਹੜੇ ਐਡੀਸ਼ਨਲ ਐਡਵੋਕੇਟ ਜਨਰਲ ਫਾਰਮਰ ਉਹ ਮੇਰੇ ਨਾਲ ਸੀ ਤਾਂ ਅਸੀਂ ਫਿਰ ਉੱਥੇ ਗੱਲਬਾਤ ਕੀਤੀ ਉਹ ਕਹਿੰਦੇ ਜੀ ਸਾਡੇ ਕੋ ਉਸ ਦਿਨ ਨੀਗੀ ਸਾਹਿਬ ਕਹਿੰਦੇ ਮੇਰੇ ਤੋਂ ਗਲਤੀ ਹੋਈ ਆ ਮੈਂ ਗਲਤੀ ਦਾ ਜਿਹੜਾ ਹੈਗਾ ਅਹਿਸਾਸ ਕਰਦਾ ਮਾਫੀ ਚਾਹੁੰਦਾ ਕਿ ਤੁਸੀਂ ਤੁਹਾਨੂੰ ਮਿਲ ਨਹੀਂ ਸਕਿਆ ਤਾਂ ਮੈਂ ਕਿਹਾ ਵੀ ਚਲੋ ਫਿਰ ਅੱਜ ਚਲੋ ਉੱਥੇ ਡਿਊਟੀ ਦੇ ਵਿੱਚ ਠੀਕ ਆ ਨਾ ਉੱਥੇ ਡਿਊਟੀ ਦੇ ਵਿੱਚ ਅਸੀਂ ਪਹਿਲਾਂ ਅਸੀਂ ਧਰਮ ਦੇ ਪ੍ਰਚਾਰ ਪ੍ਰਸਾਰ ਕਰਦੇ ਆਂ ਬੰਥਕ ਮਸਲੇ ਜੇਹਲਾਂ ਕਟੀਆਂ ਵੀ ਆ ਪੰਜਾਬ ਦੀ ਕਿਹੜੀ ਝੇਲ ਹੈ ਜਿਹੜੀ ਅਸੀਂ ਨਹੀਂ ਦੇਖੀ ਤੇ ਬਾਕੀ ਜਿਹੜੇ ਕੋਈ ਸਾਡੇ ਸਿੱਖ ਨੌਜਵਾਨ ਉਹਨਾਂ ਦੀਆਂ ਮੁਲਾਕਾਤਾਂ ਵੀ ਅਸੀਂ ਕੀਤੀਆਂ ਨੇ ਜੀ ਜਿੰਨਾ ਹੋ ਸਕੇ ਸਾਡੇ ਤੋਂ ਮਦਦ ਅਸੀਂ ਕਾਨੂੰਨੀ ਪੱਖ ਤੋਂ ਜਾਂ ਵੈਸੇ ਫਾਈਨੈਂਸ਼ੀਅਲੀ ਪੱਖ ਤੋਂ ਜਾਂ ਜੋ ਵੀ ਅਸੀਂ ਮਦਦ ਕਰ ਸਕਦੇ ਹਾਂ ਜਿੰਨਾ ਕੋ ਹੋ ਸਕਦਾ ਅਸੀਂ ਕਰਦੇ ਆ ਤੇ ਅਸੀਂ ਜਾਣੇ ਅਕਸਰ ਪਤਾ ਸਤਾ ਲੈਣ ਵੀ ਸਿੰਘਾਂ ਦਾ ਜਾਣੇ ਆ ਤਾਂ ਤੁਸੀਂ ਫਿਰ ਅਸੀਂ ਡਿਊਟੀ 'ਚ ਚਲੇ ਗਏ ਡਿਊਟੀ 'ਚ ਜਾ ਕੇ ਜਿਹੜਾ ਸੀਗਾ ਬਕਾਇਦਾ ਉੱਥੇ ਬੈਠ ਕੇ ਗੱਲਬਾਤ ਜਿਹੜੀ ਐਂਡੀ ਨੇਗੀ ਨਾਲ ਹੋਈ ਪ੍ਰਸ਼ਾਸਨ ਨਾਲ ਜਿਹੜੇ ਸੀਗਾ ਇੱਥੋਂ ਬਠਿੰਡਿਓ ਮੇਰੇ ਨਾਲ ਗਏ ਸਾਰੇ ਤਾਂ ਫਿਰ ਜਿਹੜਾ ਸੀ ਉਹਨਾਂ ਨੇ ਜਦੋਂ ਗਲਤੀ ਦਾ ਅਹਿਸਾਸ ਕਰ ਲਿਆ ਸਾਰੀ ਗੱਲ ਉਹਨਾਂ ਬਰੀਫ ਕੀਤੀ ਉਹਨਾਂ ਨੇ ਆਪਣਾ ਪੱਖ ਰੱਖਣਾ ਸੀ ਅਸੀਂ ਜੀ ਕਿਸ ਕਤਲ ਨਹੀਂ ਕੀਤੇ ਕਹਿੰਦੇ ਇਹ ਜਿਹੜੇ ਕੇਸ ਹੈ ਹੀ ਇਹ ਡੇ ਡੇ ਨੌਜਵਾਨ ਦੇ ਫਿਰ ਮੈਂ ਜਿਹੜਾ ਸੀ ਇੱਕ ਤਰੀਕ ਗਾਲਾ ਜਿਹੜਾ ਮੁਜ਼ਾਹਰਾ ਸੀ ਉਹ ਤਾਂ ਪੋਸਟਪੋਨ ਕਰ ਦਿੱਤਾ ਤੇ ਪਰ ਮੈਂ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਕਿ ਜਿਹੜੀ 20 ਦਿਨਾਂ ਚ ਰਿਪੋਰਟ ਦੇਊਗੀ ਕਿਉਂਕਿ ਪ੍ਰਸ਼ਾਸਨ ਆਪਣਾ ਪੱਖਾ ਕਹਿ ਰਿਹਾ ਤੇ ਉਹ ਜਿਹੜੇ ਆਪਣਾ ਕਮੇਟੀ ਬਣਾਈ ਆ ਉਹ ਕਾਨੂੰਨੀ ਮਨਜ਼ੂਰੀ ਲੈ ਕੇ ਬਕਾਇਦਾ ਕੋਰਟ ਚੋਂ ਤੇ ਉਸ ਨੌਜਵਾਨ ਨੂੰ ਵੀ ਮਿਲੂ ਕਿਉਂਕਿ ਬਲੱਡ ਰਿਲੇਸ਼ਨ ਤੋਂ ਬਿਨਾ ਦੂਜੇ ਨੂੰ ਮਿਲ ਨਹੀਂ ਦਿੰਦੇ ਪਰ ਜਦੋਂ ਅਸੀਂ ਮਾਨਯੋਗ ਅਦਾਲਤ ਤੋਂ ਚੋਂ ਪਰਮਿਸ਼ਨ ਲੈ ਕੇ ਤਾਂ ਫਿਰ ਉਹਨੂੰ ਮਿਲ ਕੇ ਜਿਹੜੀ ਵੀ ਪੰਜ ਮੈਂਬਰੀ ਕਮੇਟੀ ਹੈ 20 ਦਿਨਾਂ ਦੇ ਵਿੱਚ ਰਿਪੋਰਟ ਦੇਗੀ ਕਿ ਜੋ ਪ੍ਰਸ਼ਾਸਨ ਕਹਿ ਰਿਹਾ ਉਹਦੀ ਸਚਾਈ ਕੀ ਹੈ ਤੇ ਅਸਲ ਜਿਹੜੀ ਕਹਾਣੀ ਹੈ ਉਹ ਕੀ ਹੈ ਤੇ ਉਹਦੇ ਵਿੱਚ ਅਸੀਂ ਜਿਹੜੇ ਐਡਵੋਕੇਟ ਹਰਪਾਲ ਸਿੰਘ ਖਾਰਾ ਜਿਹੜਾ ਉਹ ਕੇਸ ਲੜ ਰਹੇ ਆ ਉਹਨਾਂ ਨੂੰ ਤੇ ਸ਼ੰਦਰਪਾਲ ਸਿੰਘ ਜੀ ਵਿਰਾਡ ਜਿਹੜੇ ਸੀਨੀਅਰ ਐਡਵੋਕੇਟ ਆ ਉਹਨਾਂ ਨੂੰ ਤੇ ਤਿੰਨ ਜਿਹੜੇ ਸੀਗੇ ਆਪਣਾ ਪ੍ਰਚਾਰਕ ਬਾਬਾ ਪ੍ਰਦੀਪ ਸਿੰਘ ਚੰਦਪੁਰਾ ਬਾਬਾ ਰੇਸਮ ਸਿੰਘ ਘਰਾਣਾ ਬਾਬਾ ਚੰਕੌਰ ਸਿੰਘ ਭਾਈ ਰੂਪਾ ਇਹ ਪੰਜ ਮੈਂਬਰੀ ਇਹਨਾਂ ਦੇ ਕਮੇਟੀ ਜਿਹੜੀ ਬਣਾਤੀ ਉਹ ਸਜਾਈ ਜਿਹੜੀ ਆ ਸਾਰੀ ਕੱਢ ਕੇ ਤੇ ਮੈਨੂੰ ਬਰੀਫ ਕਰਨਗੇ ਫਿਰ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਜਿਹੜਾ ਹੋ ਇੱਕ ਤਰੀਕ ਵਾਲਾ ਪ੍ਰੋਗਰਾਮ ਉਹਨਾਂ ਚੱਲ ਲਈ ਮੁਲਤਵੀ ਕਰ ਦਿੱਤਾ ਉਸ ਨੌਜਵਾਨ ਦੇ ਨਾਲ ਵੀ ਤੁਹਾਡੀ ਗੱਲਬਾਤ ਹੋਈ ਜਣੀ ਦੇ ਹੀ ਮੈਂ ਦੱਸਿਆ ਨਾ ਉਹ ਕਹਿੰਦੇ ਬਲੱਡ ਰਿਲੇਸ਼ਨ ਤੋਂ ਬਿਨਾ ਅਸੀਂ ਮਿਲਾਂ ਨਹੀਂ ਸਕਦੇ ਕਾਨੂੰਨੀ ਜੇਲ ਮੈਨੂਲ ਤੇ ਇਸੇ ਵਾਸਤੇ ਮੈਂ ਕਹਿ ਰਿਹਾ ਜਿਹੜੀ ਪੰਜ ਮੈਂਬਰੀ ਕਮੇਟੀ ਬਣਾਈ ਆ ਉਹ ਬਕਾਇਦਾ ਕੋਰਟ ਚੋਂ ਪਰਮਿਸ਼ਨ ਲੈ ਕੇ ਫਿਰ ਉਹ ਨੌਜਵਾਨ ਦੇ ਨਾਲ ਜਿਹੜੀ ਆ ਮੁਲਾਕਾਤ ਕਰੇਗੀ ਮੈਨੂੰ ਤਾਂ ਜਿਹੜਾ ਜੇਲ ਪ੍ਰਸ਼ਾਸਨ ਨੇ ਜਿਹੜਾ ਸੁਪਰਡੈਂਟ ਆ ਜਿਹੜਾ ਪਹਿਲਾਂ ਕਹਿੰਦਾ ਸੀ ਮੈਂ ਮਿਲਣਾ ਹੀ ਨਹੀਂ ਆ ਉਹਨੇ ਮਿਲ ਕੇ ਸਾਰੀ ਗੱਲ ਜਿਹੜੀ ਆ ਉਹ ਦੱਸੀ ਉਹਨੂੰ ਗਲਤੀ ਦਾ ਅਹਿਸਾਸ ਹੋਇਆ ਵੀ ਜੇ ਕੋਈ ਸਿੱਖ ਸੰਸਥਾ ਦਾ ਆਗੂ ਆਉਂਦਾ ਉਹ ਸਿਕਸ ਸੇਵਾਦਾਰ ਇਥੇ ਕੁਝ ਜਾਣਕਾਰੀ ਲੈਣ ਤੇ ਉਹਨੂੰ ਦੇਣਾ ਫਰਜ਼ ਬੰਦਾ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਵੀ ਇਹ ਹਟਲਰ ਸਾਈ ਦੇ ਰੰਗ ਜੇ ਵੀ ਇੱਥੇ ਪੰਜਾਬ ਚ ਨਹੀਂ ਚੱਲਣੀ ਹੈ ਜੀ ਇਸ ਦੇ ਨਾਲ ਹੀ ਦਾਦੂਵਾਲ ਸਾਹਿਬ ਸਾਡਾ ਸਵਾਲ ਇਹ ਹੈ ਕਿ ਇੱਕ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਆਜ਼ਾਦੀ ਦਿਹਾੜਾ ਜਿਹੜਾ ਦੇਸ਼ ਦਾ ਆ ਰਿਹਾ ਹੈ 13 ਅਗਸਤ ਤੋਂ ਲੈ ਕੇ 15 ਅਗਸਤ ਦੇ ਵਿੱਚ ਵਿੱਚ ਭਾਰਤ ਵਾਸੀ ਆਪਣੇ ਘਰਾਂ ਦੇ ਉੱਤੇ ਤਿਰੰਗੇ ਝੰਡੇ ਲਹਿਰਾਉਣ ਇਸ ਦੇ ਨਾਲ ਹੀ ਸਿਕਸ ਫੋਰ ਜਸਟਿਸ ਦੇ ਮੁਖੀ ਹੈ ਜਿਹੜੇ ਪੰਨੂ ਉਨ੍ਹਾਂ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਗਈ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੂੰ ਉਹਨਾਂ ਨੇ ਸੰਬੋਧਨ ਕਰਕੇ ਵੀਡੀਓ ਦੇ ਵਿੱਚ ਕਿਹਾ ਕਿ ਜਿਹੜਾ ਹਰਿਆਣਾ ਦੇ ਵਿੱਚ ਤਿਰੰਗਾ ਝੰਡਾ ਆਪਣੇ ਘਰ ਦੇ ਉੱਤੇ ਲਹਿਰਾਏਗਾ ਉਹ ਨੂੰ ਤਿਰੰਗੇ ਥੱਲੇ ਦਬ ਦਿੱਤਾ ਜਾਏਗਾ ਇਸ ਤਰ੍ਹਾਂ ਦੇ ਕੁਝ ਸ਼ਬਦਾਵਲੀ ਉਹਨਾਂ ਨੇ ਵਰਤੀ ਹੈ ਖਾਲਿਸਤਾਨ ਦੇ ਝੰਡੇ ਲਹਿਰਾਉਣ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਬਾਰੇ ਤੁਹਾਡਾ ਕੀ ਨਜ਼ਰੀਆ ਕੀ ਕਹਿਣਾ ਚਾਹੋਗੇ ਦੇਖੋ ਇੱਕ ਗੱਲ ਮੈਂ ਗੁਰਮੀਤ ਸਿੰਘ ਜੀ ਕਹਿਣੀ ਚਾਹੁੰਦਾ ਹਾਂ ਕਿ ਭਾਰਤ ਦੇਸ਼ ਦੇ ਵਿੱਚ ਭਾਰਤ ਦੇਸ਼ ਦਾ ਤਿਰੰਗਾ ਝੰਡਾ ਭਾਰਤ ਦੇਸ਼ 'ਚ ਲਹਿਰਾਇਆ ਜਾਂਦਾ ਵਾ ਸਰਕਾਰੀ ਇਮਾਰਤਾਂ ਤੇ ਲਹਿਰਾਇਆ ਜਾ ਰਿਹਾ 15 ਅਗਸਤ ਨੂੰ ਤਕਰੀਬਨ ਸਕੂਲਾਂ ਕਾਲਜਾਂ ਚ ਵੀ ਲਹਿਰਾਇਆ ਜਾਂਦਾ ਤੇ ਜਿਹੜੇ ਮੁੱਖ ਮੰਤਰੀ ਤੋਂ ਲੈ ਕੇ ਹੀਠਾ ਨੂੰ ਚਾਹੇ ਉਹ ਗ੍ਰਹਿ ਮੰਤਰੀ ਚਾਹੇ ਕੋਈ ਹੋਰ ਮੰਤਰੀ ਚਾਹੇ ਐਮ ਐਲ ਏ ਐਮ ਪੀ ਆ ਜਾਂ ਕੋਈ ਆਫੀਸਰ ਆ ਐਸ ਐਸ ਪੀ ਡੀ ਸੀ ਐਚ ਡੀ ਐਮ ਉਹ ਸਾਰੇ ਤਿਰੰਗਾ ਲਹਿਰਾਉਂਦੇ ਆ 15 ਨੂੰ ਭਾਰਤੀ ਆਜ਼ਾਦੀ ਦਾ ਦਿਨ ਮਨਾਇਆ ਜਾਂਦਾ ਤੇ ਜੇ ਹੁਣ ਤਿਰੰਗਾ ਭਾਰਤ ਚ ਨਹੀਂ ਲਹਿਰਾਇਆ ਜਾਣਾ ਤਾਂ ਹੋਰ ਕਿੱਥੇ ਲਹਿਰਾਇਆ ਜਾਊਗਾ ਸਾਰੇ ਲਹਿਰਾਉਂਦੇ ਬਾਕੀ ਤਿਰੰਗੇ ਦੇ ਵਿੱਚ ਦੇਖੋ ਨਾ ਸਾਡਾ ਵੀ ਕੇਸਰੀ ਨਿਸ਼ਾਨ ਸਿੱਖਾਂ ਦੀਆਂ ਕੁਰਬਾਨੀਆਂ ਨੇ ਇਹ ਜਿਹੜਾ ਸਿੱਖਾਂ ਦੀਆਂ ਕੁਰਬਾਨੀਆਂ ਕਰਕੇ ਭਾਰਤ ਆਜ਼ਾਦ ਹੋਇਆ ਤੇ ਏਡੀਆਂ ਵੱਡੀਆਂ ਕੁਰਬਾਨੀਆਂ ਨੇ ਜੇ ਆ ਭਾਰਤ ਦੀ ਆਜ਼ਾਦੀ ਦੇ ਵਾਸਤੇ 121 ਬੰਦੇ ਫਾਂਸੀਆਂ ਤੇ ਚੜ੍ਹੇ ਤਾਂ ਉਹਦੇ ਵਿੱਚ 93 ਸਿੱਖ ਸੀਗੇ ਜੇ 2646 ਕਾਲੇ ਪਾਣੀ ਗਏ ਉਮਰ ਕਾਦਾਂ ਕੱਟੀਆਂ 2147 ਸਿੱਖ ਸੀਗੇ ਜੇ ਜਲਿਆਂ ਵਾਲੇ ਬਾਗ 'ਚ 1300 ਭਾਰਤੀ ਸ਼ਹੀਦ ਹੋਇਆ ਤਾਂ 799 ਸਿੱਖ ਸੀਗੇ ਜੇ ਕੁੱਕੇ ਸਿੰਘ ਜਿਹੜੇ ਨਾਮਤਾਰੀ ਸੀ ਤੋਪਾਂ ਦੇ ਨਾਲ ਉੜਾ ਦਿੱਤੇ ਗਏ 90 ਫਿਰ ਬੱਬਰ ਅਕਾਲੀ ਲਹਿਰ ਚੱਲੀ ਦੁਆਬੇ ਦੀ ਧਰਤੀ ਤੋਂ ਅੰਗਰੇਜ਼ਾਂ ਦੇ ਟੋਡੀਆਂ ਗਦਾਰਾਂ ਮੁਖਬਰਾਂ ਨੂੰ ਸੋਧਣ ਦੀ ਤਾਂ 500 ਬੱਬਰ ਅਕਾਲੀ ਸ਼ਹੀਦ ਹੋਏ 500 ਦੇ 500 ਸਿੱਖ ਅਸੀਂਗੇ ਸੋ ਇਹ ਸਾਰੇ ਜਿਹੜੇ ਕਾਮਾਗਾਟਾ ਮਾਰੂ ਦਾ ਜਹਾਜ਼ ਬਾਬਾ ਗੁਰਦੇਵਤ ਸਿੰਘ ਜੀ 113 ਭਾਰਤੀ ਸ਼ਹੀਦ ਹੋਏ ਤੇ ਉਹਦੇ ਚ 67 ਸਿੱਖ ਸੀਗੇ ਸੋ ਐਡੀ ਵੱਡੀ ਕੁਰਬਾਨੀ ਆ ਸਿੱਖਾਂ ਦੀ ਭਾਰ ਦੀ ਆਜ਼ਾਦੀ ਦੇ ਵਾਸਤੇ ਇਸ ਤਿਰੰਗੇ 'ਚ ਕੇਸਰੀ ਨਿਸ਼ਾਨ ਆ ਖਾਲਸੇ ਦਾ ਇੱਕ ਸਾਡਾ ਧਾਰਮਿਕ ਨਿਸ਼ਾਨ ਕੇਸਰੀ ਝੰਡਾ ਜਿਹੜਾ ਹਰ ਜਗ੍ਹਾ ਝੁਲਾਇਆ ਜਾਂਦਾ ਪਿੰਡ-ਪਿੰਡ ਗੁਰੂ ਘਰਾਂ 'ਚ ਝੂਲ ਰਿਹਾ ਘਰਾਂ 'ਤੇ ਸਾਡਾ ਖਾਲਸਾ ਹੀ ਨਿਸ਼ਾਨ ਜਿਹੜਾ ਝੂਲਦਾ ਵਾ ਤੇ ਹਰ ਸਿੱਖ ਚਲਾਉਂਦਾ ਅਸੀਂ ਕਦੇ ਨਗਰ ਕੀਰਤਨ ਕੱਢਦੇ ਮਾਰਚ ਕੱਢਦੇ ਆ ਤੇ ਸਾਡੇ ਕੇਸਰੀ ਝੰਡੇ ਝੂਲਦੇ ਆ ਚਲਾਉਨੇ ਆ ਅਸੀਂ ਪਹਿਲਾਂ ਹੀ ਚਲਾਉਨੇ ਆ ਜਿੱਥੇ ਦੇਸ਼ ਦੀ ਗੱਲ ਆ ਭਾਰ ਦੇਸ਼ ਤੇ ਤਿਰੰਗਾ ਜਿਹੜਾ ਉਹ ਝੰਡਾ ਚ ਝੂਲਦਾ ਵਾ ਝੁਲਿਆ ਜਾਣਾ ਹੁਣ ਵੀ ਚੁਲਾਇਆ ਜਾਣਾ 75ਵਾਂ ਬਰਾ ਵਾ ਭਾਰਤ ਦੀ ਆਜ਼ਾਦੀ ਦਾ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਵਾ ਤੇ ਚੁਲਾਇਆ ਜਾਣਾ ਮੈਂ ਤਾਂ ਸਗੋਂ ਪੰਨੂ ਜੀ ਨੂੰ ਇਹ ਕਹਿਣਾ ਚਾਹੁੰਨਾ ਕਿ ਇਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਭੜਕਾ ਕੇ ਤੇ ਗਲਤ ਪਾਸੇ ਨਾ ਤੋਰਿਆ ਜਾਵੇ ਵੀ ਉਹਨਾਂ ਤੇ ਮੁਕਾਦਮੇ ਬਣਨੋਂ ਜੇਲ੍ਹਾਂ 'ਚ ਜਾਣ ਪਹਿਲਾਂ ਕਿੰਨੇ ਬੈਠੇ ਆ ਰੈਫਰੰਡਮ 2020 ਦੀ ਗੱਲ ਉਹਨੇ ਪੰਨੂ ਨੇ ਕੀਤੀ ਸੀ ਤਾਂ ਉਹਦੇ ਕਰਕੇ ਵੀ ਕਿੰਨੇ ਨੌਜਵਾਨ ਜਿਹੜੇ ਜੇਲ੍ਹਾਂ 'ਚ ਗਏ ਨਹੀਂ ਉਹਨਾਂ ਦੇ ਪਰਿਵਾਰ ਮਿਲਦੇ ਹੁਸ਼ਿਆਰਪੁਰ ਤੋਂ ਖਡੂਰ ਸਾਹਿਬ ਤੋਂ ਹੋਰ ਕਈ ਥਾਵਾਂ ਤੋਂ ਜਿਹੜੇ ਇਸ ਕਰਕੇ ਜੇਲ੍ਹਾਂ 'ਚ ਬੈਠੇ ਆ ਉਹਨਾਂ ਨੂੰ ਕਹਿੰਦੇ ਸੀਗੇ ਵੀ ਅਸੀਂ ਤੁਹਾਨੂੰ ਇੰਨਾ ਪੈਸਾ ਦੇਾਂਗੇ ਪੈਸੇ ਦੀ ਗੱਲ ਤਾਂ ਕਿ ਕਿਸ ਦੀ ਜ਼ਮਾਨਤ ਵੀ ਨਹੀਂ ਕਰਾਈ ਕਿਸੇ ਨੂੰ 2 ਦਰਜਣ ਕੇਲੇ ਤੇ 2 ਕਿਲੋ ਗੰਢੇ ਲੈ ਕੇ ਨਹੀਂ ਪੰਨੂ ਉੱਥੇ ਗਿਆ ਸੋ ਮੈਂ ਪੰਨੂ ਨੂੰ ਕਹਿਣਾ ਚਾਹੁੰਦਾ ਵੀ ਇਹੋ ਜੀ ਗੱਲ ਨਾ ਕਰੇ ਜੇ ਉਹਨੂੰ ਝੰਡੇ ਨਾਲ ਆ ਤਾਂ ਝੰਡਾ ਤਾਂ ਉਹ ਅਮਰੀਕਾ 'ਚ ਰਹਿੰਦਾ ਅਮਰੀਕਾ ਦੀ ਐਮਬੈਸੀ ਦੇ ਉੱਤੇ ਵੀ ਲੱਗਾ ਹੋਇਆ ਭਾਰਤ ਦੀ ਜਿਹੜੀ ਐਮਬੈਸੀ ਆ ਉੱਥੋਂ ਲਾ ਲਵੇ ਝੰਡਾ ਉਹ ਆਬ ਲਾਵੇ ਨਾ ਕਿਸੇ ਨੂੰ ਕੋ ਕਹਿੰਦਾ ਉਹ ਆਬ ਲਾ ਕੇ ਦੇਖੇ ਨਾਲੇ ਵੀ ਕੀ ਬਣਦਾ ਜੇ ਉਹਨੇ ਇੱਥੇ ਵੀ ਲਾਉਣਾ ਇੱਥੇ ਆ ਆ ਕੇ ਲਾ ਦੋਵੇ ਝੰਡਾ ਇੱਥੇ ਆ ਆ ਕੇ ਸੜ ਕੇ ਦੇਖ ਲਵੇ ਚਾਹੇ ਉਹਨੇ ਹੁਣ ਹਰਿਆਣੇ ਤੋਂ ਬਾਅਦ ਹਿਮਾਚਲ ਦੀ ਵੀ ਇੱਕ ਜਾਰੀ ਕੀਤੀ ਉਹ ਵੀ ਮੇਰੇ ਕੋਲੇ ਪਹੁੰਚੀ ਮੈਂ ਦੇਖੀ ਆ ਹਿਮਾਚਲ ਵੀ ਕਹਿੰਦਾ ਮੈਂ 2 ਲੱਖ ਡਾਲਰ ਦੇ ਪਹਿਲਾਂ ਕਿੰਨਿਆਂ ਕਿੰਨੂ ਡਾਲਰ ਦਿੱਤੇ ਆ ਜਾਂ ਕਿੰਨਿਆਂ ਕਿਨੇ ਤੇਰੇ ਤੋਂ ਡਾਲਰ ਲਿਆ ਨੇੜੇ ਦੀ ਗੱਲ ਆ ਦੂਰ ਨਾ ਜਾਓ ਆ ਸਿੰਘਪੁਰਾ ਪਿੰਡ ਆ ਦਾदू ਸਾਹਿਬ ਤੋਂ ਜਦੋਂ ਤਖਤ ਸਾਹਿਬ ਨੂੰ ਜਾਈਦਾ ਤੇ ਦੂਜਾ ਪਿੰਡ ਆ ਗੇ ਤਾਂ ਉਥੋਂ ਦੇ ਨੌਜਵਾਨਾਂ ਨੇ ਸੋਸ਼ਲ ਮੀਡੀਆ ਦੇ ਇਹਨੂੰ ਸੁਣ ਕੇ ਤੇ ਉਹਨਾਂ ਨੇ ਝੰਡਾ ਪਿੰਡ ਦੇ ਵਿੱਚ ਲਾ ਦਿੱਤਾ ਸੀਗਾ ਤੇ ਜਦੋਂ ਝੰਡਾ ਲਾਇਆ ਉਦੋਂ ਬਾਅਦ ਪਰਚਾ ਹੋ ਗਿਆ ਫਿਰ ਉਹਨਾਂ ਦਾ ਪਰਿਵਾਰ ਮੇਰੇ ਕੋਲੋਂ ਨੌਜਵਾਨ ਵੀ ਬਾਅਦ ਵਿੱਚ ਜ਼ਮਾਨਤ ਤੇ ਰਿਹਾ ਹੋ ਕੇ ਉਹਨਾਂ ਦੇ ਪਰਿਵਾਰ ਨੇ ਜ਼ਮਾਨਤ ਕਰਾਈ ਰਿਹਾ ਹੋ ਕੇ ਮੇਰੇ ਕੋਲ ਆਏ ਮੈਂ ਕਿਹਾ ਵੀ ਦੱਸੋ ਕਿੰਨੇ ਪੈਸੇ ਉਹ ਕਹਿੰਦੇ ਪੈਸੇ ਕਿੰਨੇ ਦੇਣੇ ਸਾਡੀ ਤਾਂ ਕਿਸੇ ਨੇ ਜ਼ਮਾਨਤ ਨਹੀਂ ਕਰਾਈ ਤਾਂ ਉਹਨਾਂ ਦੀ ਜਿਹੜੀ ਪਰਿਵਾਰ ਦੀ ਮਦਦ ਤੁਸੀਂ ਤੁਹਾਨੂੰ ਵੀ ਪਤਾ ਮੈਂ ਉਦੋਂ ਇੰਗਲੈਂਡ ਸੀ ਜਦੋਂ ਦੋ ਨੌਜਵਾਨਾਂ ਨੇ ਇੱਥੇ ਪੋਸਟਰ ਲਾ ਦਿੱਤੇ ਸੀਗੇ ਆਪਣਾ ਕਾਲਾਂ ਵਾਲੀ ਤਾਂ ਤੁਸੀਂ ਮੈਨੂੰ ਫੋਨ ਕੀਤਾ ਜੀ ਤੁਹਾਡਾ ਇੱਕ ਸਾਥੀ ਸੀਗਾ ਉਹਦਾ ਇੱਕ ਬ੍ਰਦਰ ਸੀਗਾ ਤਾਂ ਉਹਨੇ ਤੁਸੀਂ ਤਾਂ ਮੈਂ ਤੁਹਾਨੂੰ ਕਿਹਾ ਮੌਕੇ ਤੇ ਵੀ ਤੁਸੀਂ ਕਿਹਾ ਵੀ ਐ ਕੰਮ ਜਿਹੜਾ ਹੈਗਾ ਬਹੁਤ ਡੇਡਾ ਹੋ ਗਿਆ ਨੌਜਵਾਨਾਂ ਨੂੰ ਫੜ ਲਿਆ ਕਿੱਥੋਂ ਕਿੱਥੋਂ ਪੁਲਿਸ ਆਈ ਆ ਤੇ ਡੱਬ ਵਾਲੀ ਉਹਨਾਂ ਨੂੰ ਪੇਸ਼ ਕਰਨ ਜਾ ਰਹੇ ਤੇ ਡੱਬ ਵਾਲੀ ਵਕੀਲ ਮੈਂ ਤੁਹਾਨੂੰ ਆਪਣਾ ਦਿੱਤਾ ਕਿ ਉਹ ਵਕੀਲ ਪੈਰਵਾਹੀ ਕਰੂਗਾ ਹੋਰ ਵਕੀਲ ਵੀ ਕੀਤੇ ਚਲੋ ਉਹਨਾਂ ਦੀ ਜਾਂਦਿਆਂ ਜ਼ਮਾਨਤ ਜਿਹੜੀ ਸੀਗੀ ਉਹ ਕਰਵਾ ਲਈਗੀ ਪੈਰਵਾਹੀ ਹੋ ਗਈ ਜ਼ਮਾਨਤ ਹੋ ਗਈ ਉਹ ਘਰਾਂ ਨੂੰ ਆ ਗਏ ਨਹੀਂ ਤਾਂ ਪਤਾ ਨਹੀਂ ਉਹਨਾਂ ਨੂੰ ਕਿਹੜੇ ਕਿਹੜੇ ਕੇਸਾਂ 'ਚ ਹੋਰ ਪਾ ਦਿੰਦੇ ਸੋ ਨੌਜਵਾਨਾਂ ਦਾ ਭਵਿੱਖਾ ਖਰਾਬ ਕਰਨਾ ਇਸ ਤਰ੍ਹਾਂ ਮੈਂ ਸਮਝਦਾ ਮਾੜੀ ਗੱਲ ਆ ਤੁਸੀਂ ਉਹ ਕਹਿ ਰਹੇ ਹੋ ਵੀ ਬੇਰਜ਼ਗਾਰੀ ਬੜੀ ਹੈ ਸਵਾਲਾਖ ਡਾਲਰ ਦੇਾਂਗੇ ਵੀ ਬੇਰਜ਼ਗਾਰੀ ਸਵਾਲਾਖ ਡਾਲਰ ਨਾਲ ਦੂਰ ਹੋ ਜੂ ਜਾਂ ਤਾਂ ਕੋਈ ਰੋਜ਼ਗਾਰ ਦਾ ਇਥੇ ਸਾਧਨ ਖੋਲੋ ਕੋਈ ਕੰਪਨੀ ਖੋਲ ਦਿਓ ਕੋਈ ਇੰਡਸਟਰੀ ਖੋਲ ਦਿਓ ਨੌਜਵਾਨਾਂ ਨੂੰ ਇਸ ਪਾਸੇ ਲਾ ਦਿਓ ਕੋਈ ਆਈਐਸ ਆਈਪੀਐਸ ਕੋਚਿੰਗ ਸੈਂਟਰ ਖੋਲ ਦਿਓ ਵੀ ਉਹ ਪੜ੍ਹਾਈ ਕਰਕੇ ਆਪਣੇ ਪੈਰਾਂ ਤੇ ਸੈੱਟ ਹੋ ਸਕਣ ਇਹ ਤਾਂ ਬਹੁਤ ਮਾੜੀ ਗੱਲ ਆ ਮੈਂ ਸਮਝਦਾ ਕਿ ਅਨੂ ਨੂੰ ਇਸ ਤਰ੍ਹਾਂ ਦੀ ਗੱਲ ਕਰਕੇ ਨੌਜਵਾਨਾਂ ਦਾ ਭਵਿੱਖ ਬਰਬਾਦ ਨਹੀਂ ਕਰਨਾ ਚਾਹੀਦਾ ਹੁਣ ਤੁਸੀਂ ਦੇਖੋ ਜਿਹੜੇ ਦੇ ਪਾਤ ਤੋ ਨੌਜਵਾਨ ਆ ਜਿਨ੍ਹਾਂ ਦੇ ਕੰਨਾਂ 'ਚ ਨੱਤੀਆਂ ਪਾਈਆਂ ਹੋਈਆਂ ਨੇ ਮੁੰਦਰਾ ਪਾਈਆਂ ਉਹਨਾਂ ਦੇ ਤਾਂ ਪਾਸਪੋਰਟ ਵੀਜ਼ੇ ਲੱਗ ਜਾਂਦੇ ਉਹ ਆਪਣਾ ਕਾਰੋਬਾਰ ਸਤੇ ਬਾਹਰ ਅੰਦਰ ਚਲੇ ਜਾਂਦੇ ਜਿਹੜੇ ਹੁਣ ਦਾੜ੍ਹੀਆਂ ਵਾਲੇ ਨੌਜਵਾਨ ਜਾਂ ਕੇਸ ਹੈਗੇ ਆ ਜਾਂ ਦਸਤਾਰਾਂ ਦਮਾਲੇ ਸਜਾਏ ਹੋਏ ਤੇ ਹਰ ਵਰ ਤੇ ਹਰ ਨਿਤਨੇਮ ਜਿਨ੍ਹਾਂ ਦੀ ਸੁਰੱਖਿਆ ਦੀ ਸਾਡੀ ਜ਼ਿੰਮੇਵਾਰੀ ਆ ਜਿਨ੍ਹਾਂ ਨੂੰ ਅਸੀਂ ਸੁਰੱਖਿਅਤ ਕਰਨਾ ਸੀ ਉਹਨਾਂ ਨੂੰ ਅਸੀਂ ਝੰਡੇ ਛੜਵਾ ਕੇ ਤੇ ਉਹਨਾਂ ਤੇ ਮੁਕਾਦਮੇ ਪਵਾ ਕੇ ਜੇਲ੍ਹਾਂ ਚ ਕਰਾ ਦਿੰਨੇ ਆ ਜਿਨ੍ਹਾਂ ਦੀ ਸੁਰੱਖਿਆ ਕਰਨੀ ਸੀ ਉਲਟਾ ਸਿੱਖ ਆਗੂਆਂ ਨੇ ਜਿਉ ਉਹ ਆਪਣੇ ਆਪ ਨੂੰ ਸਿੱਖ ਵੈਸੇ ਦਾ ਸਿੱਖ ਲੱਗਦਾ ਨਹੀਂ ਹੈ ਕਿਉਂਕਿ ਉਹਦਾ ਜਿਹੜਾ ਚਿਹਰਾ ਵਾ ਤੁਸੀਂ ਦੇਖੋ ਮੈਂ ਤਾਂ ਉਹਨੂੰ ਵੀ ਸਲਾਹ ਦੇਣੀ ਚਾਹੁੰਦਾ ਕਿ ਬੰਨੂ ਜੀ ਅਮਰਤ ਸ਼ਕੋ ਤਿਆਰ ਪਰ ਤੁਸੀਂ ਖਾਲਸਾਣ ਦੀ ਗੱਲ ਕਰਦੇ ਹੋ ਖਾਲਸੇ ਤੁਸੀਂ ਬਣੇ ਨਹੀਂ ਕਿ ਤੁਸੀਂ ਪਹਿਲਾਂ ਖਾਲਸੇ ਤਾਂ ਬਣੋ ਅਮਰਤਧਾਰੀ ਜਿਹੜਾ ਹੈਗਾ ਅਮਰਤਧਾਰੀ ਸਿੱਖ ਕੇਸ ਗੁਰੂ ਦੀ ਮੋਹਰ ਤੇ ਜਿਹੜਾ ਰਹਿਤ ਤੋਂ ਬਿਨਾ ਕੇਸਾਂ ਤੋਂ ਬਿਨਾ ਗੁਰੂ ਸਾਹਿਬ ਨੇ ਤਾਂ ਉਹਨੂੰ ਕਾਫਰ ਕੁੱਤਾ ਬੇਈਮਾਨ ਜਿਹੜਾ ਰਹਿਤਨਾਮਿਆਂ 'ਚ ਕਿਹਾ ਕਿ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਦਰਗਾਹ ਢੋਈ ਨਾ ਮਿਲੇ ਕਾਫਰ ਕੁੱਤਾ ਸ਼ੈਤਾਨ ਇਹਦਾ ਰਹਿਤਨਾਮਿਆਂ 'ਚ ਬਚਣ ਆਉਂਦੇ ਇਤਿਹਾਸ 'ਚ ਅਸੀਂ ਪੜ੍ਹਦੇ ਆ ਕਿ ਸਾਬਤ ਸੂਰਤ ਰੱਬ ਬਣਾਈ ਬੇਈਮਾਨ ਨੇ ਭੰਨ ਗਵਾਈ ਉਹਨੂੰ ਤਾਂ ਬੇਈਮਾਨ ਕਿਹਾ ਕਿ ਤੁਸੀਂ ਪਹਿਲਾਂ ਸਾਬਤ ਸੂਰਤ ਤਾਂ ਬਣੋ ਦਸਤਾਰ ਸਜਾਓ ਤੁਸੀਂ ਇਹ ਜਿਹੜੇ ਦੂਸਰੇ ਨੌਜਵਾਨ ਉਹ ਤਾਂ ਆਪਣੇ ਕਾਰੋਬਾਰ ਕਰ ਲੈ ਜਿਹੜੇ ਸਿੱਖ ਨੌਜਵਾਨ ਜਿਨ੍ਹਾਂ ਦੀ ਅਸੀਂ ਸੁਰੱਖਿਆ ਕਰਨੀ ਉਹਨਾਂ ਦੇ ਅਸੀਂ ਪਰਦੇ ਪਵਾ ਕੇ ਜੇਲ੍ਹਾਂ ਚ ਕਲਾਤੇ ਕਿਸ ਨੂੰ ਕਹਤਾ ਝੰਡਾ ਚੜਾ ਦਿਓ ਕਿਸ ਨੂੰ ਕਹਤਾ ਝੰਡਾ ਸਾੜ ਤੋ ਸੋ ਇਸ ਕਰਕੇ ਮੈਂ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੁੰਦਾ ਚਾਹੇ ਉਹ ਪੰਜਾਬ ਦੇ ਹਰਿਆਣਾ ਦੇ ਹਿਮਾਚਲ ਕਿਸੇ ਥਾਂ ਦੇ ਵੀ ਆ ਕਿ ਕਿਸੇ ਤਰ੍ਹਾਂ ਦੀ ਪੜਗਾੜ ਚ ਨਹੀਂ ਆਉਣਾ ਕਿਸੇ ਤਰ੍ਹਾਂ ਦੀ ਗੁੰਮਰਾਹ ਗੁੰਨ ਗੱਲਾਂ ਦੇ ਸ਼ਿਕਾਰ ਨਹੀਂ ਹੋਣਾ ਆਪਣੀਆਂ ਪੜਾਈਆਂ ਕਰੋ ਕਾਰੋਬਾਰ ਕਰੋ ਧਰਮ ਦੀ ਗੱਲ ਦੇਸ਼ ਕੌਮ ਧਰਮ ਦੀ ਸੇਵਾ ਕਰਨੀ ਸਾਡਾ ਮੋਢਲਾ ਫਰਜ਼ ਆ ਉਨੇ ਉਤੋਂ ਇੱਕ ਸਿੱਖ ਸੰਸਥਾ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਵੀ ਮੇਰੀ ਜ਼ਿੰਮੇਵਾਰੀ ਬਣਦੀ ਆ ਕਿ ਮੈਂ ਸਹੀ ਮੈਸੇਜ ਆਪਣੇ ਨੌਜਵਾਨਾਂ ਤੱਕ ਪਹੁੰਚਾਵਾਂ ਕਿ ਉਹ ਆਪਣੇ ਧਰਮ ਦੀ ਗੱਲ ਆਪਣੇ ਮਾਂ-ਬਾਪ ਪਰਿਵਾਰ ਦੀ ਆਪਣੇ ਦੇਸ਼ ਦੀ ਆਪਣੇ ਇਲਾਕੇ ਦੀ ਆਪਣੇ ਖਿੱਤੇ ਦੀ ਗੱਲ ਜਿਹੜੀ ਆ ਉਧਰ ਤਰਜੀਹ ਦੇਣ ਪੰਨੂ ਕੀ ਕਹਿ ਰਿਹਾ ਉਧਰ ਧਿਆਨ ਦੇਣ ਦੀ ਲੋੜ ਨਹੀਂ ਆ ਪੰਨੂ ਨੇ ਜੇ ਝੰਡਾ ਸਾੜਨਾ ਵਾ ਤਾਂ ਖੁਦ ਆ ਕੇ ਸਾੜ ਲਵੇ ਝੰਡਾ ਚੜਾਉਣਾ ਖੁਦ ਆ ਕੇ ਚੜ੍ਹਾ ਲੇ ਅਮਰੀਕਾ ਕੈਨੇਡਾ ਦੀਆਂ ਵੈਸੀਆਂ ਜਿਹੜੀਆਂ ਸਾਡੇ ਭਾਰਤ ਦੀਆਂ ਉੱਥੇ ਹੈਗੀਆਂ ਉੱਥੇ ਝੰਡੇ ਲੱਗੇ ਉਹ ਖੁਦ ਉੱਥੇ ਦੇਖ ਲਵੇ ਕਰਕੇ ਨਾਲੇ ਉਹਨੂੰ ਭੁਗਤਣਾ ਪੈਜੂਗਾ ਪਤਾ ਲੱਗ ਜੂਗਾ ਤੇ ਨੌਜਵਾਨਾਂ ਨੂੰ ਜਿਸ ਦਿਨ ਪਰਿਵਾਰ ਮਿਲੇ ਹੋਰ ਬਹੁਤ ਸਾਰੇ ਤੁਸੀਂ ਤਾਂ ਜਾਣਦੇ ਆ ਇਸ ਬਾਰੇ ਤੁਸੀਂ ਮੇਰੇ ਨਾਲ ਸੰਪਰਕ ਕੀਤਾ ਸੀ ਮੈਂ ਇੰਗਲੈਂਡ ਸੀਗਾ ਤੇ ਅੱਜ ਤੁਸੀਂ ਦੇਖੋ ਐਡਵੋਕੇਟ ਓ ਐਲ ਐਲ ਬੀ ਕੀਤੀ ਆ ਆਪਣਾ ਕੰਮ ਕਰ ਕਰਦੇ ਜੇ ਤੁਸੀਂ ਇਦਾਂ ਕੀਤਾ ਹੁੰਦਾ ਕਿਤੇ ਨਾ ਕਿਤੇ ਤਾਂ ਤੁਸੀਂ ਅੰਦਰ ਜੇਲ੍ਹ 'ਚ ਹੁੰਦੇ ਕੋਈ ਘਰਦਿਆਂ ਦੀ ਵਿਵਪਤਾ ਹੁੰਦੀ ਸੋ ਇਸ ਕਰਕੇ ਨੌਜਵਾਨਾਂ ਨੂੰ ਇਸ ਗੱਲ ਤੋਂ ਸਿੱਖਿਆ ਲੈਣੀ ਚਾਹੀਦੀ ਆ ਕਿਸੇ ਤਰ੍ਹਾਂ ਦੀ ਗੁਮਰਾਹਕੁਲ ਗੱਲ ਭੜਗਾੜ 'ਚ ਨਹੀਂ ਸੰਘਰਸ਼ਾ ਜਿੱਥੇ ਸਾਡੇ ਨਾਲ ਧੱਕੇਸਾਹੀ ਹੋਈ 1984 ਦਾ ਕਤਲੇਆਮ ਅਸੀਂ ਲੜਾਈ ਲੜੀ ਆ ਲੜਦੇ ਆ ਹੁਣ ਵੀ ਲੜਾਂਗੇ ਸੱਜਣ ਕੁਮਾਰ ਅੰਦਰ ਗਿਆ ਹੋਰ ਆ ਬਰਗਾੜੀ ਬਿਆਦਵੀ ਕਾਂਡ ਬੇਬਲ ਕਾਂਡ ਜਿੱਥੇ ਵੀ ਲੋੜਾ ਸੌਦਾ ਸਾਧ ਨਾਲ ਲੜਾਈ ਲੜੀ ਆ ਲੜੀ ਆ ਅਸੀਂ ਲੜਦੇ ਆ ਜਿੱਥੇ ਸਾਡੀ ਕੌਮ ਨਾਲ ਕਿਤੇ ਬੇਇਨਸਾਫੀ ਜਾਂ ਧੱਕੇਸ਼ਾਹੀ ਹੋ ਉੱਥੇ ਅਸੀਂ ਇੱਥੇ ਰਹਿ ਕੇ ਲੜਦੇ ਆਂ ਇਹ ਨਹੀਂ ਵੀ ਕਿਸੇ ਨੂੰ ਤੂੰ ਜਾ ਕੇ ਇਹ ਚੜ ਜਾ ਪੁੱਤ ਸੂਲੀ ਰਾਮ ਭਲੀ ਕਰੂਗਾ ਇਹ ਗੱਲ ਨਹੀਂ ਹੋਣੀ ਚਾਹੀਦੀ ਅਸੀਂ ਖੁਦ ਜਿਹੜਾ ਹੈਗਾ ਕੀ ਕਰ ਰਹੇ ਸਾਨੂੰ ਤੁਸੀਂ ਤਾਂ ਮੌਜਾਂ ਲਓ ਫਾਈਵ ਸਟਾਰ ਹੋਟਲਾਂ ਦੇ ਵਿੱਚ ਰਹਿ ਕੇ ਜਾਂ ਅਮਰੀਕਾ ਵਰਗੇ ਦੇਸ਼ ਦੇ ਅੰਦਰ ਤੇ ਸਾਡੇ ਨੌਜਵਾਨ ਇੱਥੇ ਜੇਲਾਂ 'ਚ ਸੜਨ ਇਸ ਕਾਰਨ ਕਰਕੇ ਇਹੋ ਜੀ ਬਿਆਨਬਾਜ਼ੀ ਤੋਂ ਪੰਨੋਂ ਨੂੰ ਵੀ ਗਰੇਜ ਕਰਨਾ ਚਾਹੀਦਾ ਤੇ ਇੱਥੇ ਸਾਰੇ ਜਿਹੜੇ ਮੈਂ ਤਾਂ ਇਸ ਸੰਬੰਧ ਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਵੀ ਚਿੱਠੀ ਲਿਖੂੰਗਾ ਸਗੋਂ ਕਿ ਅਕਾਲ ਤਖਤ ਸਾਹਿਬ ਵੱਲੋਂ ਇਦਾਂ ਦਾ ਆਦੇਸ਼ ਜਾਰੀ ਹੋਵੇ ਕਿ ਕੋਈ ਵੀ ਸਿੱਖ ਨੌਜਵਾਨ ਕਿਸੇ ਤਰ੍ਹਾਂ ਦੇ ਗੁੰਮਰਾਹਕੁਨ ਪ੍ਰਚਾਰ ਚ ਨਾ ਆਵੇ, ਫੜਕਾਟ ਚ ਨਾ ਆਵੇ ਜਿੱਥੇ ਸਾਡੇ ਸਿੱਖੀ ਦੀ ਗੱਲ ਆ, ਰਾਜ ਕਰੇਗਾ ਖਾਲਸਾ ਦੀ ਗੱਲ, ਸਿੱਖ ਸਿਧਾਂਤ ਦੀ ਗੱਲ, ਖਾਲਸਾ ਹੀ ਝੰਡਿਆਂ ਦੀ ਗੱਲ ਆ। ਅਸੀਂ ਪਹਿਲਾਂ ਹੀ ਉਹਦੇ ਬਾਰੇ ਬੜੇ ਸचेत ਆ। ਤੇ ਜਿ ਉਸ ਤਰੀਕੇ ਦੇ ਨਾਲ ਜਿਹੜਾ ਹੈਗਾ ਖਾਲਸੇ ਕੇ ਬੋਲ ਬਾਲੇ ਦੀ ਗੱਲ ਕਰਦੇ ਉਹਦੇ ਲਈ ਸੰਘਰਸ਼ ਕਰਦੇ ਆ ਔਰ ਇੱਥੇ ਰਹਿ ਕੇ ਕਰਦੇ ਆ ਅਸੀਂ ਕਿਸੇ ਦੀਆਂ ਗੱਲਾਂ 'ਚ ਭੜਗਾੜ ਚ ਜਾ ਕੇ ਗੁੰਮਰਾਹਕੁਨ ਪ੍ਰਚਾਰ ਚ ਜਾ ਕੇ ਨਹੀਂ ਤੇ ਆਹ ਜਿਹੜੀਆਂ ਗੱਲਾਂ ਲੋਭ ਲਾਲ ਚ ਦੀਆਂ ਇਹੋ ਜਿਹੀਆਂ ਗੱਲਾਂ 'ਚ ਨੌਜਵਾਨਾਂ ਨੂੰ ਆਉਣਾ ਨਹੀਂ ਚਾਹੀਦਾ ਤੇ ਨਾ ਹੀ ਪੰਨੂ ਨੂੰ ਇਹੋ ਜਿਹਾ ਲੋਭ ਲਾਲ ਚ ਵੀ ਮੈਂ 1 ਸਵਾ ਲੱਖ ਡਾਲਰ ਦਊਂਗਾ ਤੁਸੀਂ ਵੀ ਸਵਾ ਲੱਖ ਡਾਲਰ ਨਾਲ ਤੂੰ ਬੇਰੁਜ਼ਗਾਰੀ ਦੂਰ ਕਰ ਦੇਂਗਾ ਦੱਸ ਜੇ ਤੇਰੇ ਕੋ ਪੈਸਾ ਹੈਗਾ ਤਾਂ ਤੂੰ ਕੋਈ ਵਪਾਰ ਖੋਲ ਬਿਜ਼ਨਸ ਖੋਲ ਉੱਥੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ਆਹ ਕਿਹੜਾ ਕੰਮ ਆ ਵੀ ਝੰਡਾ ਸਾੜ ਦਿਓ ਜਾਂ ਝੰਡਾ ਚੁਲਾ ਦਿਓ ਤੇ ਮੁੜ ਕੇ ਪਰਚਾ ਪਵਾਉ ਦੇ ਅੰਦਰ ਜਾਓ ਤੇ ਸਾੜਦੇ ਰਹੋ ਮੁੜ ਕੇ ਸਾਰ ਨਹੀਂ ਲੈਣੀ ਸੋ ਇਸ ਕਾਰਨ ਕਰਕੇ ਇਥੋਂ ਨੌਜਵਾਨਾਂ ਨੂੰ ਸचेत ਹੋਣਾ ਚਾਹੀਦਾ ਜੀ ਦਾਦੂ왈 ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਡੇ ਇਸ ਪ੍ਰੋਗਰਾਮ ਦੇ ਲਈ ਤੁਸੀਂ ਸਮਾਂ ਦਿੱਤਾ ਸਾਡੇ ਚੈਨਲ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦੇ ਧੰਨਵਾਦ ਜੀ ਸਾਰਿਆਂ ਦਾ ਤੁਹਾਡਾ ਵੀ ਤੇ ਸਰੋਤਿਆਂ ਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਟੌਪਿਕ ਟੀਵੀ ਚੈਨਲ ਨੂੰ ਦਿੱਤਾ ਅਤੇ ਆਪਣੇ ਜਿਹੜੇ ਕੀਮਤੀ ਵਿਚਾਰ ਹੈ ਉਹ ਚੈਨਲ ਦੇ ذریعے ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਹੈ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਖਾਸ ਮੁੱਦੇ ਨੂੰ ਲੈ ਕੇ ਤੇ ਕਿਸੇ ਖਾਸ ਸ਼ਖਸੀਅਤ ਦੇ ਨਾਲ ਤੁਹਾਨੂੰ ਫਿਰ ਰੂ ਰੂ ਕਰਵਾਵਾਂਗੇ ਦੇਖਦੇ ਰਹੋ ਟੌਪਿਕ ਟੀਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ